ਲਿੰਟਰ ਡਿੱਗਾ ਆ, 4 ਵਜੇ ਦੀ ਗੱਲ ਹੈ, ਅਤੇ ਉਦੋਂ ਡਿੱਗਾ ਆ ਅਤੇ ਲੋਕਾਂ ਨੇ ਭੱਜ ਨੱਠ ਕੇ ਆ ਕੇ ਅਤੇ ਇਹੋ ਸਿਰਫ ਬਚੀ ਆ ਅਤੇ ਭੈਣ ਹੱਡੀ ਅਤੇ ਮੁੜ ਕੇ ਕੱਢਿਆ ਸਾਰਿਆਂ ਨੇ, ਭੱਜ ਨੱਠ ਕੇ ਸਾਰਿਆਂ ਨੇ ਅਤੇ ਅੰਮ੍ਰਿਤਸਰ ਇੱਥੇ ਲੈ ਗਏ, ਹਸਪਤਾਲ ਖੜ੍ਹੇ ਆ, ਹਸਪਤਾਲ ਵਾਲਿਆਂ ਜਵਾਬ ਦੇ ਦਿੱਤਾ ਅਤੇ ਅੰਮ੍ਰਿਤਸਰ ਲੈ ਗਏ ਆ। ਕਿੰਨੇ ਜਣੇ ਆ? ਇਹ ਹੈਗੇ 7-8 ਜਣੇ। ਕਾਰਨ ਕੀ ਆ? ਛੱਤ ਗਲੀ ਪਹਿਲਾਂ ਛੱਤ ਇਸ ਤਰ੍ਹਾਂ ਹੀ ਇਹ ਡਾਟ ਹੀ। ਅੱਛਾ ਜੀ, ਉਹ ਡਾਟ ਕਿਹੜੀ ਆ? ਉਹ ਗਾਡਰ ਗਿਆ ਗਲ ਇਹ ਮੀਂਹ ਮੂੰਹ ਦਾ ਕਾਰਨ ਕਿਆ? ਮੀਂਹ ਕਰਕੇ ਕੀ ਮੰਗ ਕਰਦੇ ਹੋਣਾ ਮਹੱਲੇ ਦੀ? ਮਹੱਲੇ ਦੇ ਇਹ ਕਰਦੇ ਆ ਵੀ ਇਹਨਾਂ ਦੀ ਮਦਦ ਕੀਤੀ ਜਾਵੇ ਅਤੇ ਇਹਨਾਂ ਦਾ ਕੋਠਾ ਪਾਇਆ ਜਾਵੇ। ਕਿਹੜੇ ਤਗੜੇ ਤਗੜਿਆਂ ਦੇ ਜੇ ਇਹ ਪੈਸੇ ਪਾਈ ਜਾਂਦੇ ਉਹਨਾਂ ਦੇ ਪੈਸੇ ਪਾਈ ਜਾਂਦੇ, ਕਿਹੜੇ ਮਾੜੇ ਆ ਉਹਨਾਂ ਦੇ ਪੈਸੇ ਕੋਈ ਨਹੀਂ ਪਾਉਣ ਡੇ। ਇਹ ਕਿੰਨੇ ਜਣੇ ਟੋਟਲ ਜਿਹੜੇ ਫਟ ਰਹੇ, ਕੌਣ ਕੌਣ ਸੀ ਇੱਥੇ ਘਰ 'ਚ? ਛੇ ਜਾਣੇ ਆ। ਛੇ ਜਾਣੇ ਆ, 4 ਬੱਚੇ ਤੇ 2 ਜੀ ਆ ਤੇ 2 ਦੇ ਉਹਦਾ ਸਾਲਾ ਨਹੀਂ। ਆਹੋ 6 ਹੋ ਗਏ ਨੇ। ਆਹ 8 ਜਾਣੇ ਹੋ ਗਏ। ਇਹ ਗੱਲਬਾਤ ਜੀ ਇਹ 4 ਵਜੇ ਦੀ ਗੱਲ ਆ ਅਤੇ ਮਾਤਾ ਉੱਚੀ ਉੱਚੀ ਰੋਂਦੇ ਪਏ ਸੀ ਅਤੇ ਮੈਂ ਅਚਾਨਕ ਆਣ ਕੇ ਵੇਖਿਆ ਕਿ ਇਹਨਾਂ ਦੀ ਛੱਤ ਡਿੱਗੀ ਪਈ ਸੀ ਅਤੇ ਉਹ ਸਾਰੇ ਜੀਏ 7-8 ਜਣੇ ਹੈਗੇ ਸੀ ਜਿਹੜੇ ਕਿ ਥੱਲੇ ਆਏ ਪਏ ਸੀ ਅਤੇ ਆਣ ਕੇ ਇਹਨਾਂ ਨੂੰ ਕੱਢਿਆ, ਫਿਰ ਮੁਹੱਲੇ ਵਾਲੇ ਆਏ ਸਾਰਿਆਂ ਰਲ ਮਿਲ ਕੇ ਇਹਨਾਂ ਨੂੰ ਬਾਹਰ ਕੱਢਿਆ, ਬਾਅਦ ਵਿੱਚ ਸਿਵਲ ਹਸਪਤਾਲ ਤਰਨ ਤਾਰਨ ਖੜਿਆ ਗਿਆ ਆ ਅਤੇ ਉਹਨਾਂ ਨੇ ਜਵਾਬ ਦਿੱਤਾ, ਫਿਰ ਅੰਮ੍ਰਿਤਸਰ ਇਹਨਾਂ ਨੂੰ ਰੈਫਰ ਕਰਾਇਆ ਗਿਆ ਗੁਰੂ ਨਾਨਕ ਹੋਸਪਿਟਲ। ਕਿੰਨੇ ਜਣੇ ਟੋਟਲ? ਇਹ ਟੋਟਲ ਹੈਗੇ ਜੀ 7 ਜਣੇ। ਕੌਣ ਕੌਣ ਸੀ? ਇਹਨਾਂ 'ਚ 3 ਇਹਨਾਂ ਦੇ ਬੱਚੇ ਸੀ, 2 ਜੀ ਆਪ ਸੀ ਅਤੇ 1 ਇਹਨਾਂ ਦਾ ਮਾਮਾ ਜੀ ਸੀ। ਕਾਫੀ ਸੱਟਾਂ ਲੱਗੀਆਂ ਇਹਨਾਂ ਦੇ, ਬਹੁਤ ਜ਼ਿਆਦਾ ਸੀਰੀਅਸ ਸੀ। ਤੇ ਕਿੰਨੇ ਵਜੇ ਘਟਨਾ ਤੜਕੇ? ਇਹ ਤੜਕੇ 4 ਵਜੇ ਦੀ ਗੱਲ ਹੈ ਜੀ। ਕੀ ਮੰਗ ਕਰਦੇ ਹੋ? ਮੰਗ ਇਹੋ ਕਰਦੇ ਆ ਜੀ, ਗਰੀਬ ਪਰਿਵਾਰ ਹੈ, ਇਹਨਾਂ ਦੀ ਮਦਦ ਕੀਤੀ ਜਾਵੇ। ਜਿਹੜੀ ਛੱਤ ਆ ਮੀਂਹ ਦੇ ਕਾਰਨ ਡਿੱਗੀ ਕਿ ਵੈਸੇ ਡਿੱਗੀ? ਹਾਂਜੀ, ਮੀਂਹ ਮੂੰਹ ਕਾਫੀ ਪੈ ਰਿਹਾ ਇਸ ਕਰਕੇ ਡਿੱਗੀ ਛੱਤ ਮਾੜੀ। ਰਾਤ ਡਿੱਗਾ ਤੇ ਆਣ ਕੇ ਮੈਂ ਰੌਲਾ ਰੌਲਾ ਪਾਇਆ ਤੇ ਫਿਰ ਇਹਨਾਂ ਨੇ ਆਣ ਕੇ ਕੱਢਿਆ, ਇਹਨਾਂ ਸਾਰੀ ਦੁਨੀਆ ਸਾਰੇ ਆ ਗਏ। ਅੱਛਾ, ਉੱਚੀ ਉੱਚੀ ਮੀਂਹ ਮੈਂ ਭੱਜੀ ਫਿਰਦੀ ਹਾਂ ਤੇ ਨਿਆਣੇ ਥੱਲੇ ਆਏ। ਇਹ ਕੌਣ ਕੌਣ ਫੱਟ ਰਿਹਾ ਇੱਥੇ? ਇੱਕ ਮੈਂ ਬਚੀ ਹਾਂ, ਬਾਕੀਆਂ ਸੱਟਾਂ ਸੁੱਟਾਂ ਲੱਗ ਗਈਆਂ। ਕਿੱਥੇ ਕੜੇ ਬੱਚੇ? ਕਿੰਨੇ ਸੀ? ਕਿੰਨੇ ਬੱਚੇ ਆ? ਮੈਂ 4 ਬੱਚੇ ਆ ਤੇ 4 ਜਣੇ ਆਪ ਆ। 8 ਜਣੇ ਆ? 8 ਜਣੇ। 8 ਫੱਟ ਰਹੇ ਕੋਈ ਆ? ਹਾਂ।